ਗੁਰਪ੍ਰੀਤ ਘੁੱਗੀ ਨੂੰ ਵੀ ਅਵਾਰਡ ਦਿੱਤਾ ਗਿਆ ਹੈ। ਘੁੱਗੀ ਸਾਹਿਬ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕ ਤੁਹਾਨੂੰ। ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਕਿਉਂਕਿ ਜੀ, ਯੂਥ ਇੱਕ ਉਸ ਤਰ੍ਹਾਂ ਦਾ, ਤੁਸੀਂ ਵੀ ਗੱਲ ਕੀਤੀ ਕਿ ਵਗਦਾ ਦਰੀਆ ਹੈ, ਜਿਹਨੂੰ ਜਿਸ ਵਾਸਤੇ ਉਹਨੂੰ ਪਾ ਦੋਗੇ ਉਹ ਉਸ ਪਾਸੇ ਚਲਾ ਜਾਏਗਾ। ਯੂਥ ਸਾਰਿਆਂ ਨੂੰ ਕਾਪੀ ਕਰਦਾ, ਫੋਲੋ ਕਰਦਾ, ਤੁਹਾਨੂੰ ਵੀ ਯੂਥ ਫੋਲੋ ਕਰਦਾ, ਲੇਕਿਨ ਜਿਸ ਤਰੀਕੇ ਨਾਲ ਅੱਜ ਦੇ ਅਗਰ ਗੱਲ ਕਰੀਏ, ਜਿਹੜਾ ਟਾਈਮ ਚੱਲ ਰਿਹਾ ਨਸ਼ੇ ਵੱਲ ਨੂੰ, ਗੁੰਡਾਗਰਦੀ ਵੱਲ ਨੂੰ, ਜਾਂ ਇਸ ਤਰ੍ਹਾਂ ਦੀ ਹੋਰ ਜਿਹੜੀ ਕੁਰੀਤੀ ਹੈ ਉਹਨਾਂ ਵੱਲ ਜ਼ਿਆਦਾ ਹੋ ਰਿਹਾ, ਕੀ ਕਹਿਣਾ ਚਾਹੋ? ਤੁਸੀਂ ਇੱਕ ਗੱਲ ਕਹੀ, ਉਹਦੇ 'ਚ ਦੋ ਗੱਲਾਂ ਨੇ। ਤੁਸੀਂ ਕਿਹਾ ਯੂਥ ਕਾਪੀ ਕਰਦਾ, ਫੋਲੋ ਕਰਦਾ, ਪਰ ਇਹ ਦੋਵੇਂ ਚੀਜ਼ਾਂ ਸੇਮ ਨਹੀਂ, ਅਲੱਗ ਅਲੱਗ ਗੱਲਾਂ ਨੇ। ਕਾਪੀ ਕਰਨਾ ਹੋਰ ਗੱਲ ਹੈ, ਕਾਪੀ ਕਰਨਾ ਸਿਰਫ ਤੁਹਾਡੀ ਸਕਿੱਲਸ ਹੈਗੀਆਂ ਜਾਂ ਨਹੀਂ ਹੈਗੀਆਂ। ਤੁਸੀਂ ਜਦੋਂ ਜੈਜ਼ੀ ਬੀ ਤੁਸੀਂ ਨਹੀਂ ਹੈਗੇ, ਪਰ ਜੈਜ਼ੀ ਬੀ ਵਰਗੇ ਵਾਲ ਤਾਂ ਕਰ ਹੀ ਸਕਦੇ ਹੋ, ਬਿਲਕੁਲ ਉੱਦਾਂ ਦੇ ਗਹਿਣੇ ਗੱਟੇ ਪਾ ਲਓ, ਤੁਸੀਂ ਆਪਣੇ ਨੂੰ ਫੀਲਿੰਗ ਲੈ ਸਕਦੇ ਹੋ ਜੈਜ਼ੀ ਬੀ। ਫੋਲੋ ਕਰਨਾ ਹੁੰਦਾ ਤੁਸੀਂ ਉਹਦੇ, ਇੱਕ ਮੈਂ ਸਿੰਗਰ ਦੀ ਮਿਸਾਲ ਦਿੱਤੀ ਇੱਕ ਦੀ, ਕਿ ਤੁਸੀਂ ਉਹਦੇ ਪੈਸ਼ਨ ਨੂੰ ਵੀ ਫੋਲੋ ਕਰੋ, ਉਹਦੀ ਮਿਹਨਤ ਨੂੰ ਵੀ, ਉਹਦੀ ਗਾਇਕੀ ਨੂੰ, ਉਹਦੇ ਕੰਮ ਨੂੰ ਫੋਲੋ ਕਰੋ, ਉਹ ਹੁੰਦਾ ਫੋਲੋ ਕਰਨਾ। ਇੱਕ ਹੁੰਦਾ ਸਿਰਫ ਕਾਪੀ ਕਰਨਾ, ਸੋ ਕਾਪੀ ਕਰਨਾ ਤਾਂ ਕਦੇ ਵੀ ਯੂਥ ਲਈ ਚੰਗਾ ਨਹੀਂ ਹੁੰਦਾ। ਮੈਂ ਸਮਝਦਾ ਕਿ ਯੂਥ ਫੋਲੋ ਕਰੇ ਔਰ ਜ਼ਰੂਰ ਕਿਸੇ ਨਾ ਕਿਸੇ ਮੰਜ਼ਿਲ 'ਤੇ ਪਹੁੰਚਦਾ। ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਫੋਲੋ ਕੀ ਕਰੇ, ਅਸੀਂ ਕਿਹੜੀਆਂ ਚੀਜ਼ਾਂ ਉਹਨੂੰ ਅਵੇਲੇਬਲ ਕਰਵਾਉਣੀਆਂ। ਜੇ ਅੱਜ ਗੁੰਡਾਗਰਦੀ, ਗੈਂਗਸਟਰ ਜਿਹੜੇ ਨੇ, ਜੇ ਉਹ ਅਵੇਲੇਬਲ ਨੇ ਮੀਡੀਆ 'ਚ, ਸੋਸ਼ਲ ਮੀਡੀਆ 'ਤੇ, ਅਖਬਾਰਾਂ 'ਚ, ਤਾਂ ਯੂਥ ਉਹਨੂੰ ਫੋਲੋ ਕਰਨ ਲੱਗ ਪੈਂਦਾ। ਯੂਥ ਨੂੰ ਜੇ ਅਸੀਂ ਜਿਹੜੀ ਚੀਜ਼ ਉਹਨੂੰ ਉੱਪਰ ਨਜ਼ਰ ਆਏਗੀ, ਜੇ ਆਈਡੀਓਲੋਜੀ ਨਜ਼ਰ ਆਏਗੀ ਉਹਨੂੰ, ਜੇ ਅੱਜ ਭਗਤ ਸਿੰਘ ਦੀ ਸੋਚ ਜਿਹੜੀ ਹੈ ਉਹ ਖਤਮ ਹੋ ਗਈ, ਭਗਤ ਸਿੰਘ ਦੀ ਫੋਟੋ ਮੁੱਛ ਨੂੰ ਹੱਥ ਪਾਇਆ, ਇੱਧਰ ਬੰਦੂਕ ਫੜੀ ਹੈ, ਯੂਥ ਨੂੰ ਉਹ ਅੱਛਾ ਲੱਗ ਰਿਹਾ। ਜਦਕਿ ਭਗਤ ਸਿੰਘ ਦੀ ਕਦੇ ਇੱਦਾਂ ਬੰਦੂਕ ਫੜ ਕੇ ਫੋਟੋ ਖਿਚਾਈ ਹੋਵੇ ਤਾਂ ਮੈਨੂੰ ਹਿੰਦੁਸਤਾਨ 'ਚੋਂ ਬਾਹਰ ਕੱਢ ਦਿਓ ਤੁਸੀਂ। ਉਹ ਇਸ ਤਰ੍ਹਾਂ ਦਾ ਬੰਦਾ ਹੀ ਨਹੀਂ ਸੀ ਭਗਤ ਸਿੰਘ, ਉਹ ਕਿ ਮੁੱਛਾਂ ਨੂੰ ਵੱਟ ਦੇ ਕੇ ਫੋਟੋ, ਇਹ ਐਟੀਟਿਊਡ ਹੀ ਉਹਦੇ ਨਾਲ ਮੈਚ ਨਹੀਂ ਕਰਦਾ। ਪਰ ਇਹ ਸਾਨੂੰ ਯੂਥ ਨੂੰ ਅਸੀਂ ਦੱਸ ਹੀ ਨਹੀਂ ਪਾਏ ਕਿ ਭਗਤ ਸਿੰਘ ਕੌਣ ਸੀ, ਕਿੱਦਾਂ ਦਾ ਸੀ। ਭਗਤ ਸਿੰਘ ਉਹ ਸੀ ਜਿਹਨੂੰ ਸਵੇਰੇ ਫਾਂਸੀ ਹੋਣੀ ਸੀ ਤੜਕੇ, ਜਿਹੜੀ ਕਿ ਹੋਰ ਰਾਤ ਨੂੰ ਗਈ ਸੀ, 24 ਨੂੰ ਸਵੇਰੇ ਫਾਂਸੀ ਹੋਣੀ ਸੀ, 23 ਮਾਰਚ ਰਾਤ ਨੂੰ ਹੋ ਗਈ ਸੀ। ਉਹਨੇ ਉਹਦੀ ਕਿਤਾਬ ਦੇ ਵਿੱਚ ਅਜੇ ਵੀ ਪੰਨਾ ਫੋਲਡ ਕੀਤਾ ਪਿਆ ਜਿੱਥੇ ਉਹਦੀ ਕਿਤਾਬ ਇਨਕੰਪਲੀਟ ਰਹਿ ਗਈ ਸੀ, ਲੈਨਿਨ ਨੂੰ ਪੜ੍ਹ ਰਿਹਾ ਸੀ ਜਦੋਂ ਉਹਨੂੰ ਚੜ੍ਹਤ ਸਿੰਘ ਨੇ ਆ ਕੇ ਕਿਹਾ ਸੀ ਕਿ ਤੇਰੀ ਫਾਂਸੀ ਦਾ ਟਾਈਮ ਹੋ ਗਿਆ। ਉਹਨੇ ਕਿਤਾਬ ਬੰਦ ਕਰਕੇ ਹੱਸਦੇ ਨੇ ਇੱਕੋ ਗੱਲ ਕਹੀ ਸੀ, ਲੱਗਦਾ ਤੇਰੀ ਗੋਰੀ ਹਕੂਮਤ ਨੇ ਦੋ ਕ੍ਰਾਂਤੀਕਾਰੀਆਂ ਦਾ ਮੇਲ ਪੂਰਾ ਨਹੀਂ ਹੋਣ ਦੇਣਾ, ਕਿਉਂਕਿ ਕ੍ਰਾਂਤੀਕਾਰੀ ਨੂੰ ਪੜ੍ਹ ਰਿਹਾ ਸੀ। ਉਹ ਤਾਂ ਉਹ ਸੋਚਦਾ ਬੰਦਾ ਸੀ, ਉਹ ਆਈਡੀਓਲੋਜੀ ਕਿੱਥੇ ਗਈ? ਅਸੀਂ ਯੂਥ ਨੂੰ ਦਿਖਾ ਰਹੇ ਹਾਂ ਕਿ ਗੈਂਗਸਟਰ, ਇਹ ਫੰਕੀ ਸਟਾਈਲ, ਜਾਂ ਅਸੀਂ ਸਿਖਾ ਰਹੇ ਹਾਂ ਕਿ ਆ ਜੋ ਅੱਜ ਕੱਲ੍ਹ ਚੱਲ ਰਿਹਾ ਹੈ ਨਾ, ਗੰਦ ਚੱਲ ਰਿਹਾ ਜਿਹੜਾ ਡਰੱਗਸ ਦੇ ਬਾਰੇ, ਇਹ ਕਿਤੇ ਨਾ ਕਿਤੇ ਸਾਡੀ ਗਲਤੀ, ਅਸੀਂ ਉਹਨਾਂ ਨੂੰ ਕਨਵੇ ਨਹੀਂ ਕਰ ਪਾ ਰਹੇ ਕਿ ਵਟ ਇਜ਼ ਰਾਈਟ ਐਂਡ ਵਟ ਇਜ਼ ਰੋਂਗ। ਤੁਸੀਂ ਵੀ ਪਿਕਚਰ ਆਉਂਦੇ ਹੋ, ਤੁਸੀਂ ਵੀ ਐਕਟਿੰਗ ਕਰਦੇ ਹੋ, ਲੇਕਿਨ ਜਿਸ ਤਰੀਕੇ ਦੀ ਗੈਂਗਸਟਰਸ ਦੀ ਜੀਵਨੀ ਦੇ ਉੱਤੇ ਫਿਲਮਾਂ ਆ ਰਹੀ ਹੈ, ਹੁਣ ਸ਼ੂਟਰ ਪਿਕਚਰ ਆ ਰਹੀ ਹੈ, ਉਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਤੁਸੀਂ ਗੱਲ ਵੀ ਉਹਦੀ ਬਾਰੇ ਕੀਤੀ ਹੈ, ਹਾਲਾਂਕਿ ਕਿ ਇੱਕ ਚੀਜ਼ ਨਹੀਂ ਹੋਣੀ ਚਾਹੀਦੀ, ਕੀ ਕਹਿਣਾ ਚਾਹੇ? ਨਹੀਂ, ਸਭ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਇਹ ਸਬਜੈਕਟ ਹੈ, ਫਿਲਮ ਬਣਨੀ ਚਾਹੀਦੀ ਹੈ, ਫਿਲਮ ਬਣਨੀ ਕੋਈ ਮਾੜੀ ਗੱਲ ਨਹੀਂ ਹੈ। ਫਿਲਮ ਤਾਂ ਫੁੱਲਨ ਦੇਵੀ ਤਾਂ ਪ੍ਰਮੋਟ ਹੀ ਕਰੇਗੀ ਨਾ, ਫਿਲਮ ਤਾਂ ਫੁੱਲਨ ਦੇਵੀ ਦਾ ਰੇਪ ਵੀ ਹੋਇਆ ਸੀ ਹੈ ਨਾ, ਅਤੇ ਉਹਦੇ 'ਤੇ ਫਿਲਮ ਵੀ ਬਣੀ ਸੀ, ਬੈਂਡਿਡ ਕੁਈਨ ਬਣੀ ਸੀ ਹੈ ਨਾ ਜੀ। ਸੋ ਸਬਜੈਕਟ ਨੇ ਗੈਂਗਸਟਰ 'ਚ ਪਹਿਲਾਂ ਵੀ ਬਣੇ, ਸ਼ੋਲੇ ਕੀ ਸੀ, ਉਹ ਕੀ ਸੀਗਾ, ਡਾਕੂ ਹੀ ਸੀਗਾ ਜੀ, ਗੱਬਰ ਸਿੰਘ, ਫਿਲਮ ਉਹਦੇ 'ਤੇ ਵੀ ਬਣੀ ਹੈ, ਕੋਈ ਮਾੜੀ ਗੱਲ ਨਹੀਂ ਹੁੰਦੀ। ਬਟ ਫਿਲਮ ਦਾ ਮੈਸੇਜ ਐਂਡ 'ਤੇ ਚੰਗਾ ਹੋਣਾ ਚਾਹੀਦਾ, ਜਾਂ ਤੁਸੀਂ ਫਿਲਮ ਤੋਂ ਇਲਾਵਾ ਵੀ ਬੱਚਿਆਂ ਨੂੰ ਦੱਸੋ ਕਿ ਇਹ ਐਂਟਰਟੇਨਮੈਂਟ ਹੈ। ਜੇ ਇੱਕ ਹੀਰੋ ਜੰਪ ਮਾਰ ਕੇ ਦੂਜੀ ਬਿਲਡਿੰਗ 'ਚ ਚੜ੍ਹ ਜਾਂਦਾ ਹੈ, ਤਾਂ ਯੂਥ ਇਹ ਨਹੀਂ ਕਿ ਯੂਥ ਉੱਦਾਂ ਹੀ ਕਰੇ, ਯੂਥ ਨੂੰ ਤੁਸੀਂ ਦੱਸਣਾ ਕਿ ਫਿਲਮ ਹੈ, ਇਹਨੂੰ ਸਿਰਫ ਐਂਟਰਟੇਨਮੈਂਟ ਦੀ ਤਰ੍ਹਾਂ ਲੈਣਾ। ਦਿਸ ਇਜ਼ ਰੀਅਲ ਲਾਈਫ, ਦਿਸ ਇਜ਼ ਨੋਟ ਰੀਅਲ ਲਾਈਫ। ਰੀਅਲ ਲਾਈਫ ਔਰ ਰੀਅਲ ਲਾਈਫ ਦਾ ਫਰਕ ਅਸੀਂ ਸਮਝਾਉਣਾ ਯੂਥ। ਘੁੱਗੀ ਜੀ, ਤੁਸੀਂ ਮੰਨਦੇ ਹੋ ਕਿ ਪੰਜਾਬ ਦੇ ਵਿੱਚ ਵੀ ਇੱਕ ਸੈਂਸਰ ਬੋਰਡ ਹੋਣਾ ਚਾਹੀਦਾ ਹੈ ਕਿ ਜਿਹੜੀ ਕਿ ਹਰ ਚੀਜ਼ ਦੇ 'ਤੇ ਕੰਟਰੋਲ ਕਰੇ, ਭਾਵੇਂ ਅਸ਼ਲੀਲ ਗਾਣੇ ਹੋਣ ਜਾਂ ਇਸ ਤਰ੍ਹਾਂ ਦੇ ਕਿ ਜਿਹੜੇ ਪ੍ਰਮੋਟ ਕਰਦੇ ਨੇ ਗਲਤ ਕੁਰੀਤੀਆਂ ਨੂੰ, ਉਸਦੇ ਉੱਤੇ ਚੈੱਕ ਲਗਾਇਆ ਜਾਵੇ? ਸਰ, ਕੁਰੀਤੀਆਂ ਨੂੰ ਜਿਹੜੇ ਚੈੱਕ ਕਰਨਾ, ਵੈਸੇ ਤਾਂ ਇਕੱਲੇ ਸੈਂਸਰ ਬੋਰਡ ਦਾ ਨਹੀਂ, ਹਰ ਜ਼ਿੰਮੇਵਾਰ ਵਿਅਕਤੀ ਦਾ ਫਰਜ਼ ਹੁੰਦਾ। ਅੱਜ ਕੱਲ੍ਹ ਮੀਡੀਆ ਵੀ ਸੌਂ ਗਿਆ, ਸੋਸ਼ਲ ਮੀਡੀਆ ਤਾਂ ਅੱਗੇ ਹੀ ਵਾਹੀਆਤ ਹੋਇਆ ਪਿਆ ਜੀ, ਹੈ ਨਾ ਜੀ। ਔਰ ਕਿਤੇ ਨਾ ਕਿਤੇ ਇੰਟਲੈਕਚੁਅਲ ਜਿਹੜਾ ਹੈ, ਬੁੱਧੀਜੀਵੀ ਵਰਗ ਹੈ, ਉਹ ਵੀ ਸਾਇਲੈਂਟ ਹੋ ਗਿਆ, ਜਿਹੜਾ ਬਹੁਤ ਘਾਤਕ ਹੈ। ਜਦੋਂ ਇੰਟਲੈਕਚੁਅਲ ਚੁੱਪ ਹੋ ਜਾਂਦੇ ਨਾ, ਉਹ ਸਮਾਜ ਲਈ ਬਹੁਤ ਡੇਂਜਰਸ ਹੁੰਦਾ। ਸੋ ਮੈਂ ਇੰਟਲੈਕਚੁਅਲਸ ਨੂੰ ਬੇਨਤੀ ਕਰਾਂਗਾ, ਜਿਹੜੇ ਐਨ ਜੀ ਓ ਸਮਾਜ ਲਈ ਕੰਮ ਕਰਨ ਵਾਲੇ ਸਾਇਲੈਂਟ ਮੋਡ 'ਤੇ ਚਲੇ ਗਏ ਨੇ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਾਗ ਪਾਓ, ਨਹੀਂ ਤਾਂ ਬਹੁਤ ਕੁਝ ਸੌਂ ਜਾਏਗਾ। ਥੈਂਕ ਯੂ। ਬਿਲਕੁਲ, ਇਹ ਸੀਗੇ ਗੁਰਪ੍ਰੀਤ ਸਿੰਘ ਘੁੱਗੀ, ਜਿਨ੍ਹਾਂ ਨੇ ਆਪਣੀ ਸਾਰੀ ਗੱਲਬਾਤ ਕੀਤੀ ਅਤੇ ਸਾਫ਼ ਕਿਹਾ ਹੈ ਕਿ ਇਹ ਜਿਹੜਾ ਜਿਸ ਤਰੀਕੇ ਨਾਲ ਇਹ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਯੂਥ ਨੂੰ ਜੋ ਪਰੋਸਿਆ ਜਾ ਰਿਹਾ ਉਹ ਦੇਖ ਰਿਹਾ, ਕਾਪੀ ਕਰ ਰਿਹਾ, ਫੋਲੋ ਕਰ ਰਿਹਾ, ਅਤੇ ਨਾਲ ਇਹਨਾਂ ਨੇ ਸਾਫ਼ ਕਿਹਾ ਹੈ ਕਿ ਸੈਂਸਰ ਬੋਰਡ ਦੇ ਉੱਤੇ ਨੇ ਇਹਨਾਂ ਨੇ ਹਿਮਾਇਤ ਕੀਤੀ ਹੈ ਕਿ ਪੰਜਾਬ ਦੇ ਵਿੱਚ ਹੋਣਾ ਚਾਹੀਦਾ, ਅਤੇ ਸਭ ਤੋਂ ਅਹਿਮ ਜ਼ਿੰਮੇਵਾਰੀ ਸਾਡੇ ਸੁਸਾਇਟੀ ਦੀ ਹੈ, ਸੁਸਾਇਟੀ ਨੂੰ ਇਸ ਤਰ੍ਹਾਂ ਦੀ ਜਿਹੜੀ ਕੁਰੀਤੀ ਹੈ ਉਸ ਨੂੰ ਰੋਕਣ ਲਈ ਜਿਹੜੀ ਆਵਾਜ਼ ਜ਼ਰੂਰ ਚੱਕਣੀ ਚਾਹੀਦੀ ਹੈ। ਖਰੜ ਤੋਂ ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ ਟੀਵੀ।
ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰਾਮਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ, ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, ਪੀਆਰ, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।